सत श्री अकाल जी, पीपी पत्ती नवां शहर देख रहे हो, मैं दनेश्वरी। दोस्तों, इस समय असी मलपुर अड़कां विखे मौजूद हाँ। वीडियो नूं शुरू करिए उस तो पहला मैं इन्नी गल जरूर कहनी चाहुंदा कि जिंदगी सब तो वड्डा बोझ हुंदा जद किसी का दिल भारा होवे ते अखां विच हंझू हो। यही स्थिति बनी है इस परिवार की, इस घर की, इस माँ की, क्योंकि इसका कीमती लाल विकास जिहड़ा आ उह गुमशुदा है। तकरीबन 29 तरीक नूं उह घरों गया सी, साइकिल ते गया सी। 12 साल की उसकी उम्र है, जे थोड़ा जूम इन करके दिखा दो, 12 साल उसकी उम्र है, 12 साल की उम्र है, साइकिल ते घरों गया है, लेकिन वापस नहीं परतिया। तो उसकी माँ जिहड़ी है वह विलक रही है, छोटा ब्रदर है उसका, और परिवार प्रवासी परिवार है, मलपुर अड़कां विखे रहिंदा। और इस परिवार नूं हुण तुहाडी मदद की लोड़ है, क्योंकि बड़ी ट्राई कर ली इन्होंने थां थां ते जाके, लेकिन पुत्र दी कोई उग सुग नहीं मिल रही। दसो की होया सी 29 तरीक नूं, की गल हुई सी? 29 तारीख नूं जी असी काम ते आंदा सी, ते जां काम ते आंदे आंदे इत्थे खेलदे सीगे कोठी कोल खेलदे सीगे, साइकिल उहदे नाल सीगे। हाँ जी, मैं कहा आ जा बेटा चल चलिए, धूप हो गया बे, चल आ जा घर चलिए। मैनू कहिंदा सी कोई नहीं रेडी, मैं आन लगा। फिर मैं इन्ना कह के, वह भी रुकया भी नहीं वो कोल, मैं कह के चलते चलते मैं कहता कह के आ गया घरे रोटी खाने नू। जब मैं रोटी खा के ते फिर ज़्यादा टाइम हो गया सी, एक घंटे हो गया, फिर आया नहीं। फिर मैं दोबारा उत्थे देखन गया तो फिर मैंने उत्थे मिलया नहीं, फिर मैं लभन लग गया। हाँ जी, एक घंटे बाद फिर दोबारा देखन गए। कितनी दूर है? इतने नाल ही है जी, 10 मिनट, 5 मिनट का है, 5 मिनट घर के नाल ही है। फिर उत्थे जब दोबारा गया देखन, फिर उदो मैनू मिलया नहीं। फिर जब मिलया नहीं, फिर मैं डॉट होने लग गया। फिर मैं सारे पासे घूमन लग गया, दोए जने लभन लग गया। तुहाडे कोल भी साइकिल ही है? हाँ जी, साडे साइकिल ही लभ्या। हाँ जी, मेरे कोल वड्डा साइकिल है, ते उह न्याणे नूं छोटा साइकिल दित्ता, रेंजर है उहदे कोल। अच्छा। हाँ जी, फिर लभ्या नहीं, तो फिर उस तों बाद तुसीं पुलिस कंप्लेंट कराई? कंप्लेंट करते। हाँ जी, 29 तरीक तो अज 3 तरीक हो गई है। हाँ जी, 3 तरीक हो गई है, 6 दिन हो गए जी। ਕੋਈ ਲੜਾਈ ਝਗੜਾ ਹੋਇਆ ਸੀ, ਕੁਛ ਡਾਂਟਿਆ ਸੀ ਤੁਸੀਂ? ਨਹੀਂ ਜੀ, ਨਹੀਂ ਡਾਂਟਿਆ ਟੁੱਟਿਆ ਉਹਨੂੰ ਕੁਛ ਵੀ ਨਹੀਂ ਹੈਗਾ। ਕੋਈ ਚੀਜ਼ ਮੰਗਦਾ ਹੋਵੇ ਤੁਹਾਡੇ? ਨਹੀਂ ਜੀ, ਕੋਈ ਚੀਜ਼ ਵੀ ਨਹੀਂ ਮੰਗਿਆ ਵੀ ਨਹੀਂ ਹੈਗਾ ਐਸਾ ਕੋਈ ਇੱਦਾਂ ਦਾ। ਫਿਰ ਹੋਇਆ ਕਿ 12 ਸਾਲ ਦਾ ਬੱਚੇ ਤਾਂ ਤਰੀਕ ਘਰੇ ਹੀ ਰਹਿੰਦੇ, ਘਰ ਛੱਡਣਾ ਨਹੀਂ ਚਾਹੁੰਦੇ ਹੁੰਦੇ। ਬੱਚਿਆਂ ਨੂੰ ਤਾਂ ਇਹ ਹੁੰਦਾ ਕਿ ਇੱਕ ਤਰ੍ਹਾਂ ਦਾ ਘਰ 'ਚ ਹੀ ਰਹੀਏ, ਘਰੋਂ ਬਾਹਰ ਨਾ ਕੱਢੋ। ਉਹ ਆਪ ਹੀ ਚੱਲਾ ਗਿਆ, ਉਹਦਾ ਕੀ ਕਰਨ ਹੋ ਗਿਆ? ਪਹਿਲਾਂ ਵੀ ਇੱਕ ਕਮਰਾ ਗਿਆ ਸੀਗਾ, ਬੰਗਿਆਂ ਤੋਂ ਲਿਆਂਦਾ ਮੋੜ ਕੇ, ਲੋਸਮੈਂਟ ਹੋਈ ਸੀ। ਪਹਿਲਾਂ ਲੋਸਮੈਂਟ ਹੋਈ ਸੀ, ਬੰਗਿਆਂ ਤੋਂ ਮੋੜ ਕੇ ਲਿਆਂਦਾ ਸੀਗਾ, ਉਦੋਂ ਲੋਸਮੈਂਟ ਹੋਈ ਇਹੀ ਮੁੰਡਾ। ਅੱਛਾ। ਤੇ 8:56 ਦੀ ਖਬਰ ਆ ਸਾਡੇ ਗੁਰਦੁਆਰੇ ਦੀ, ਮੈਂ ਆਪ ਨਾਲ ਹੋ ਕੇ ਸਾਰਾ ਕੁਝ ਕਰਾਇਆ। ਇਹ ਮੁੰਡਾ ਪਹਿਲਾਂ ਹੀ ਭੱਜ ਗਿਆ ਸੀ? ਪਹਿਲਾਂ ਵੀ ਗਿਆ ਸੀ। ਉਦੋਂ ਕਿੱਥੋਂ ਲੱਭਿਆ ਸੀ? ਉਦੋਂ ਲੋਸਮੈਂਟ 'ਤੇ ਹੋ ਗਈ ਸੀਗੀ, ਫਿਰ ਉਹ ਜਦ ਪਤਾ ਲੱਗ ਗਿਆ, ਫਿਰ ਛੱਡ ਕੇ ਜਾਂਦਾ ਸੀ, ਕਿਸੇ ਬੰਦੇ ਨੇ ਮੋੜ ਲਿਆਂਦਾ ਸੀ। ਪਹਿਲਾਂ ਹੀ ਭੱਜਿਆ ਸੀ? ਜੀ, ਫਿਰ ਆ ਗਿਆ। ਪਹਿਲਾਂ ਭੱਜਿਆ ਸੀ ਤਾਂ ਪੁੱਛਿਆ ਨਹੀਂ ਕਿ ਕਿਉਂ ਜਾਂਦਾ? ਮੈਂ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤਾ, ਪਰ ਮੈਨੂੰ ਦੱਸਿਆ ਨਹੀਂ ਜਿੱਦਾਂ, ਮੈਨੂੰ ਦੱਸਿਆ ਨਹੀਂ। ਬਹੁਤ ਕੋਸ਼ਿਸ਼ ਕੀਤਾ, ਜਾ ਸਕਦਾ ਅੱਗੇ ਵੱਧ ਜਾ ਸਕਦਾ, ਪਰ ਇਹਨਾਂ ਦਾ ਬਹੁਤਾ ਨਹੀਂ ਕਸੂਰ, ਹੋ ਸਕਦਾ ਉਹਦਾ ਮਾੜਾ ਜਿਹਾ। ਵੀ ਤੁਸੀਂ ਡਾਂਟਿਆ? ਨਹੀਂ ਜੀ, ਨਹੀਂ ਡਾਂਟਿਆ ਨਹੀਂ ਸੀ। ਇੱਕ ਵਾਰੀ ਉਹ ਚਲਾ ਗਿਆ ਸੀ, ਕਿਸੇ ਮੁੰਡੇ ਨਾਲ ਲੜ ਕੇ ਚਲ ਗਿਆ ਸੀ, ਕਿਸੇ ਮੁੰਡੇ ਨਾਲ ਲੜ ਕੇ ਚਲਾ ਗਿਆ ਸੀ। ਫਿਰ ਵਾਪਸ ਬੰਗੀ ਵੱਲ ਜਾਂਦਾ ਸੀਗਾ, ਉੱਥੋਂ ਸਰਦਾਰ ਉਹਨੂੰ ਲੈ ਆਇਆ। ਪਰ ਜਦੋਂ ਪਹਿਲੀ ਵਾਰ ਭੱਜਿਆ ਸੀਗਾ, ਜਦੋਂ ਪਹਿਲੀ ਵਾਰ ਭੱਜਿਆ ਸੀ ਤੁਸੀਂ ਉਹ ਘਰ ਆਇਆ, ਤਾਂ ਉਹਨੂੰ ਪੁੱਛਿਆ ਸੀਗਾ ਕਿ ਕਿਉਂ ਗਿਆ ਬੇਟਾ, ਕੀ ਕਾਰਨ ਹੈ, ਕਿਉਂ ਘਰ ਛੱਡ ਕੇ ਗਿਆ? ਉਹਨੂੰ ਡਰ ਸੀਗਾ, ਮੈਂ ਜਿਹਨੇ ਮੁੰਡੇ ਨੂੰ ਕੁੱਟਿਆ ਉਹ ਆਪਣੇ ਘਰ ਗਿਆ, ਇਹਨੇ ਕੁੱਟ ਖਾ ਕੇ ਨੱਠ ਗਿਆ। ਮੈਂ ਇਹਨੂੰ ਪੁੱਛਿਆ ਸੀ, ਜਿੱਦਾਂ ਮੰਦਿਰ ਹੈਗਾ ਇੱਥੇ, ਮੰਦਿਰ ਕੋਲੇ ਪੈਂਦਾ, ਉੱਥੇ ਮੰਦਿਰ ਕਿਤੇ ਨਿਆਣੇ ਨਾਲ ਜਿੱਦਾਂ ਲੜ ਲੁੜ ਪਿਆ ਸੀਗਾ, ਜਿੱਦਾਂ ਲੜ ਲੁੜ ਪਿਆ, ਫਿਰ ਇਹ ਜਿੱਦਾਂ ਫਿਰ ਉੱਥੋਂ ਵੀ ਆਪਣੇ ਆਪ ਹੀ ਬੇ ਪਤਾ ਨਹੀਂ ਕਹਿੰਦਾ ਵੀ ਘਰੇ ਜਾਵਾਂਗੇ ਤਾਂ ਫਿਰ ਮੈਨੂੰ ਡਾਂਟ ਪੈਣਾ, ਅਤੇ ਫਿਰ ਇਹਦੇ ਮਾਰੇ ਫਿਰ ਪਤਾ ਇਹਦਾ ਉਰਾ ਪਰ ਘੁੰਮੀ ਗਿਆ। ਫਿਰ ਆਇਆ ਨਹੀਂ, ਜਿੱਦਾਂ ਆਇਆ ਨਹੀਂ, ਫਿਰ ਮੰਨ ਲਓ ਫਿਰ ਆਇਆ ਪਰ ਲੇਟ, 10 ਵਜ ਗਿਆ ਸੀ ਰਾਤ ਨੂੰ, ਫਿਰ ਲੱਭ ਕੇ ਫਿਰ ਕੋਈ ਚੀਜ਼ ਤਾਂ ਨਹੀਂ ਮੰਗਦਾ ਸੀ? ਨਹੀਂ, ਕੋਈ ਚੀਜ਼ ਨਹੀਂ ਮੰਗਿਆ ਇੱਦਾਂ ਦਾ, ਕੋਈ ਵੀ ਚੀਜ਼। ਕੋਈ ਬੱਚੇ ਦੇ ਕਿਵੇਂ ਹੁੰਦਾ ਕਿ ਮੈਂ ਸਾਈਕਲ ਵੱਡਾ ਲੈਣਾ ਜਾਂ ਕੋਈ ਸਕੂਲ ਦੀ ਪੜ੍ਹਾਈ? ਮੇਰੇ ਕੋਲ ਮੰਗਿਆ ਸੀ ਸਾਈਕਲ ਵੀ ਖਰੀਦ ਕੇ, ਨਵਾਂ ਸਾਈਕਲ ਦਿੱਤਾ ਹੁਣ ਜਰਾ ਲੈ ਕੇ। ਸਕੂਲ ਪੜ੍ਹਨ ਨੂੰ ਲੈ ਕੇ ਪਰੇਸ਼ਾਨੀ ਤਾਂ ਨਹੀਂ ਸੀ? ਨਹੀਂ, ਉਹ ਤਾਂ ਸਕੂਲ ਦਾ ਸਾਰੇ ਕੰਮ ਬਣਾਇਆ, ਸਾਰੇ ਕੰਮ ਬਣਾਇਆ। ਪੜ੍ਹਾਈ 'ਚ ਠੀਕ ਹੈ? ਹਾਂ, ਪੜ੍ਹਾਈ 'ਚ ਪੂਰਾ ਠੀਕ, ਪੜ੍ਹਾਈ 'ਚ ਕੋਲ ਫੋਨ ਹੈ? ਨਹੀਂ ਜੀ, ਫੋਨ ਨਹੀਂ ਹੈ ਉਹਦੇ ਕੋਲ। ਚਲੋ, ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਵੀ ਜੇ ਇੱਕ ਵਾਰੀ ਚਿਹਰਾ ਦਿਖਾ ਦਿਓ। ਜੇ ਕਿਤੇ ਤੁਸੀਂ ਇਸ ਬੱਚੇ ਨੂੰ ਦੇਖਦੇ ਹੋ, ਇਸਦਾ ਨਾਮ ਵਿਕਾਸ ਹੈ, ਸਾਈਕਲ 'ਤੇ ਗਿਆ। ਬੱਚੇ ਨੇ ਕੱਪੜੇ ਕਿਹੜੇ ਪਾਏ ਹੋਏ ਸੀ? ਕੋਈ ਨਹੀਂ ਦੱਸ ਦਿੰਦੇ, ਲਾਲ ਟੀ ਸ਼ਰਟ ਪਾਏ, ਲਾਲ ਟੀ ਸ਼ਰਟ ਹੈ ਅਤੇ ਕਾਲੇ ਪਜਾਮੇ। ਮੈਂ ਵੀ ਐਨ ਅਸੀਂ ਕੈਮਰੇ ਚੈੱਕ ਕੀਤੇ ਆ। ਤੁਸੀਂ ਸਾਬਕਾ ਪੰਚ ਹੋ? ਹਾਂ ਜੀ, ਸਾਬਕਾ ਪੰਚ ਹੋ। ਮੈਂ ਪੂਰਾ ਚੈਕਿੰਗ ਕੀਤੀ ਆ, ਇਹ ਕੱਲ੍ਹ
दौड़े रहे राधा में जा रहे, मैं कहा उत्थे मिल सकता बंदा, पर इन्हों पुछया नहीं मिलिया, फिर असं गलत खबर नहीं दे सकते। नहीं तो एक उम्मीद यह भी सी कि शायद राजा साहब मजारे ना चला गया हो, इन्होंने राजा साहब मजारे जाके भी उत्थे लभ्या नहीं मिलिया, फिर इन्हों भी मन च शक आ मंडालीगढ़ का मेला देख के भी आ सकता है, भी शायद उत्थे मेला देख गया, कोई एड्डी बहुती लड़ाई झगड़ा है नहीं, मुंडा पता डर के कातों गया काते नहीं, इन्हों का अपना मुंडा यदा है नहीं, भरा का मुंडा आ पता नहीं की चक्कर आ, माड़ा मोटा दबते हो गए जा सकता, मैं पुलिस गल से कहते दबते आ, मैं हो सकता जी सर जी ਇਹ ਕਹਿੰਦੇ ਦਬਕਦੇ ਆ ਤੁਹਾ ਦਬਕਦੇ ਹੋ ਤੁਸੀਂ ਤੁਹਾਡੇ ਭਰਾ ਦਾ ਮੁੰਡਾ ਹੈ ਹਾਂਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹ ਇਦਾਂ ਤਾਂ ਨਹੀਂ ਕਿ ਆਪਣੇ ਪਿਤਾ ਨੂੰ ਮਿਲਣ ਚਲਾ ਗਿਆ ਨਹੀਂ ਇਦਾਂ ਦੇ ਕੋਈ ਚੱਕਰ ਨਹੀਂ ਕੋਈ ਦਬਕਦਾ ਵੀ ਨਹੀਂ ਇਹ ਗਲਤ ਗੱਲ ਹੈ ਕਿਸੇ ਨੇ ਨਹੀਂ ਦਬਕਦਾ ਅਸੀਂ ਗਲੇ 'ਚ ਲਾ ਕੇ ਰੱਖਦੇ ਮਾਨਸਿਕ ਸਥਿਤੀ ਸਹੀ ਹੋ ਹਾਂਜੀ ਹਾਂਜੀ ਸਾਰੇ ਠੀਕ ਹੈ ਜਦੋਂ ਵੀ ਕੋਈ ਵੀ ਸਮਾਨ ਜਿੱਦਾਂ ਵੀ ਮੰਨ ਲਓ ਜਦੋਂ ਕਹਿ ਦਿੱਤਾ ਉਦੋਂ ਉਸ ਟਾਈਮ ਉਹਨੂੰ ਲਿਆ ਕੇ ਦੇਣਾ ਇਦਾਂ ਚਲੋ ਤੁਹਾਡੇ ਪਰਿਵਾਰ ਦਾ ਮਸਲਾ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਇਹਨਾਂ ਨੇ ਗੱਲ ਛੇੜੀ ਮੈਂ ਤਾਂ ਕਹਿਣਾ ਇਦਾਂ ਤਾਂ ਨਹੀਂ ਆਪਣੇ ਪਿਤਾ ਨੂੰ ਮਿਸ ਕਰਦਾ ਯਾਦ ਕਰਦਾ ਆਪਣੇ ਪਿਤਾ ਨੂੰ ਇਦਾਂ ਦਾ ਹੀ ਨਹੀਂ ਹੈਗਾ 12 ਸਾਲ ਦਾ ਨਹੀਂ ਹੁਣ 12 ਸਾਲ ਦਾ ਤਾਂ ਹੁਣ ਹੋਇਆ ਨਹੀਂ ਇਹ ਕਾਫੀ ਟਾਈਮ ਪਹਿਲੇ ਤੋਂ ਜੇ ਛੋਟੇ ਸਕਾ ਜਿਆਦਾ ਉਹਦੇ ਪੇਨਿਸ ਇਹ ਮਾਏ ਦੇ ਕੋਲੇ ਜਾਣਾ ਨਹੀਂ ਚਾਹੀਦਾ ਵੈਸੇ ਗਲਤੀ ਨਿਆਣੇ ਦੀ ਆ ਕਿਉਂਕਿ ਸਾਈਕਲ ਤੇ ਚਲੇ ਗਿਆ ਆਪਾਂ ਕਿਵੇਂ ਚੈੱਕ ਕਰ ਲਿਆ ਆਪੇ ਗਿਆ ਅਸੀਂ ਕਹੀ ਜਾਂਦੇ ਕਿ ਕਿਸੇ ਨੇ ਚੱਕਿਆ ਨਹੀਂ ਪਰ ਮੋਰੇ ਉਹਨੂੰ ਕੋਈ ਮਾੜਾ ਆਨਸਰ ਨਾ ਮਿਲ ਜਾਵੇ ਉਹ ਛੋਟਾ ਆ ਬੱਚੇ ਦੀ ਜ਼ਿੰਦਗੀ ਕਿਸੇ ਖਤਰੇ 'ਚ ਨਾ ਜਾਵੇ ਸਾਡੀ ਤਾਂ ਮੇਨ ਕੌਨਸ਼ੀਅਸ ਇਹੀ ਆ ਵੀ ਜੇ ਇੱਕ ਵਾਰੀ ਫਿਰ ਤੋਂ ਚਿਹਰਾ ਦਿਖਾ ਦਿਓ ਕਈ ਗੱਲਾਂ ਹੁੰਦੀਆਂ ਉਹਨੂੰ ਮਿਸਯੂਜ਼ ਨਾ ਕਰੇ ਇਹ ਵੀ ਆਪਾਂ ਮੰਨਦੇ ਇਸ ਗੱਲ ਨੂੰ ਕੋਈ ਬੱਚੇ ਦਾ ਫਾਇਦਾ ਨਾ ਚੱਕ ਲਿਓ ਕਿ ਬੱਚਾ ਛੋਟਾ ਆ ਅਸੀਂ ਕਈ ਵੇਲੇ ਖਬਰਾਂ ਦੇਖੀ ਜਾ ਕੇ ਕਿਸੇ ਧੱਕੇ 'ਚ ਧੱਕੇ ਤੋਂ ਬੱਚੇ ਤੋਂ ਕੰਮ ਕਰਾਉਂਦੇ ਕਿਤੇ ਇੱਦਾਂ ਬੱਚੇ ਦੀ ਜ਼ਿੰਦਗੀ ਤਬਾਹ ਨਾ ਹੋਵੇ ਕਿਉਂਕਿ ਨਾ ਇਹਦੀ ਕਿਸੇ ਲੱਗਦੀ ਆ ਕੋਈ ਇਹਨਾਂ ਦਾ ਮੈਂ ਮਾੜੇ ਅਨਸਰਾਂ ਦੀ ਗੱਲ ਕਰ ਰਿਹਾ ਜੀ ਮੈਂ ਉਹ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਕਿ ਜੇ ਤੁਹਾਨੂੰ ਦੋ ਮਿੰਟ ਦੇ ਦਿਓ ਜੀ ਜੇ ਤੁਹਾਨੂੰ ਇਹ ਬੱਚਾ ਕਿਤੇ ਨਜ਼ਰ ਆਉਂਦਾ ਪਰਿਵਾਰ ਦੀ ਮਦਦ ਕਰੋ ਮਾਂ ਵੀ ਪਰੇਸ਼ਾਨ ਹੈ ਉਸਦੇ ਪਿਤਾ ਜੀ ਵੀ ਪਰੇਸ਼ਾਨ ਹੈ ਹਾਲਾਂਕਿ ਨਹੀਂ ਦੱਸਿਆ ਕਿ ਚਾਚਾ ਹੈ ਲੇਕਿਨ ਪਿਤਾ ਇਹਦੇ ਕੋਲ ਹੀ ਰਹਿੰਦਾ ਇਹਨੂੰ ਪਿਤਾ ਡੈਡੀ ਆਖਦਾ ਉਹ ਤਾਂ ਉਹਦਾ ਪਿਤਾ ਵੀ ਪਰੇਸ਼ਾਨ ਹੈ ਔਰ ਇੱਕ ਤਰ੍ਹਾਂ ਦੀ ਬੇਨਤੀ ਇੱਕ ਹਾੜਾ ਹੀ ਹੈ ਜੇ ਤੁਹਾਨੂੰ ਨਜ਼ਰ ਆਉਂਦਾ ਤਾਂ ਜ਼ਰੂਰ ਤੁਸੀਂ ਮਦਦ ਕਰੋ ਵਿਕਾਸ ਬੱਚੇ ਦਾ ਨਾਮ ਹੈ 12 ਸਾਲ ਦੀ ਉਮਰ ਹੈ ਮਾਤਾ ਪਿਤਾ ਡਾਂਟਦੇ ਹੀ ਹੁੰਦੇ ਆ ਮਾੜਾ ਮੋਟਾ ਡਾਂਟ ਹੀ ਦਿੰਦੇ ਆ ਸਾਨੂੰ ਤੁਹਾਨੂੰ ਵੀ ਗਾਲਾਂ ਪੈਂਦੀਆਂ ਨਹੀਂ ਹੋਣੀਆਂ ਛੋਟੀ ਉਮਰੇ ਮਾਤਾ ਪਿਤਾ ਸਮਝਾਉਂਦੇ ਲੇਕਿਨ ਉਸਦੇ ਪਿਤਾ ਦਾ ਕਹਿਣਾ ਕਿ ਮੈਂ ਜਦੋਂ ਸਾਈਕਲ ਮੰਗਿਆ ਸਾਈਕਲ ਵੀ ਲੈ ਕੇ ਦਿੱਤਾ ਜਿਹੜੀ ਚੀਜ਼ ਮੰਗਦਾ ਉਹਦੀ ਤਮੰਨਾ ਪੂਰੀ ਕਰਨਾ ਮਾੜਾ ਮੋਟਾ ਤਾਂ ਮਾਤਾ ਪਿਤਾ ਕੂਰ ਹੀ ਵੱਟਦੇ ਹੀ ਹੁੰਦੇ ਆ ਪਰ ਇਸ ਤਰੀਕੇ ਬੱਚਾ ਜੇ ਘਰੋਂ ਗਿਆ ਹੈ ਔਰ ਤੁਹਾਨੂੰ ਕਿਤੇ ਨਜ਼ਰ ਆਉਂਦਾ ਤਾਂ ਜ਼ਰੂਰ ਪਰਿਵਾਰ ਦੀ ਮਦਦ ਕਰੋ ਨੰਬਰ ਤੁਹਾਨੂੰ ਨਜ਼ਰ ਆ ਰਿਹਾ 95-926-98087 95-926-98087 ਔਰ ਨਹੀਂ ਤਾਂ ਤੁਸੀਂ ਸਾਨੂੰ PB32 ਦੇ ਚੈਨਲ 'ਤੇ ਵੀ ਮੈਸੇਜ ਕਰ ਸਕਦੇ ਹੋ ਕਿਉਂਕਿ ਅਸੀਂ ਚਾਹੁੰਦੇ ਕਿ ਬੱਚਾ ਆਪਣੀ ਮਾਂ ਕੋਲ ਵਾਪਸ ਪਰਤੇ ਆਪਣੇ ਪਰਿਵਾਰ 'ਚ ਪਰਤੇ ਕਿਉਂਕਿ ਮਾਤਾ ਪਿਤਾ ਤੋਂ ਬਿਹਤਰ ਖਾਸ ਕਰਕੇ ਮਾਂ ਤੋਂ ਬਿਹਤਰ ਕੋਈ ਬੱਚੇ ਦੀ ਪਰਵਰਿਸ਼ ਹੋਰ ਨਹੀਂ ਕਰ ਸਕਦਾ ਦੁਨੀਆ ਦੀ ਕੋਈ ਐਸੀ ਹੋਰ ਸ਼ੈ ਨਹੀਂ ਆ ਜਿਹੜੀ ਮਾਂ ਤੋਂ ਵੱਧ ਬੱਚੇ ਨੂੰ ਪਿਆਰ ਕਰਦੀ ਹੋਵੇ ਤਾਂ ਉਸ ਬੱਚੇ ਨੂੰ ਵੀ ਕਹਿੰਦੇ ਹਾਂ ਕਿ ਜੇ ਉਹ ਕਿਤੇ ਨਾ ਕਿਤੇ ਵੀਡੀਓ ਦੇਖ ਰਿਹਾ ਤਾਂ ਆਪਣੀ ਮਾਂ ਦੇ ਚਿਹਰੇ ਵੱਲ ਜ਼ਰੂਰ ਦੇਖ ਲਵੇ ਅਤੇ ਇਸ ਘਰ 'ਚ ਜ਼ਰੂਰ ਵਾਪਸ ਪਰਤੇ ਕਿਉਂਕਿ ਉਹਦੇ ਬਿਨਾਂ ਇਹ ਘਰ ਸੁੰਨਾ ਹੈ ਉਹਦੇ ਨਾਲ ਹੀ ਖੁਸ਼ੀਆਂ ਹੋਣਗੀਆਂ ਇਹ ਇੱਥੇ ਆ ਕੇ ਮਹਿਸੂਸ ਹੋ ਗਿਆ ਅਤੇ ਤੁਹਾਨੂੰ ਵੀ ਅਪੀਲ ਕਰਦੇ ਹਾਂ ਜੇ ਕਿਤੇ ਇਹ ਬੱਚਾ ਨਜ਼ਰ ਆਵੇ ਤਾਂ ਜ਼ਰੂਰ ਤੁਸੀਂ ਮਦਦ ਕਰਨੀ ਹੈ ਪਰਿਵਾਰ ਦੀ ਵੀ ਸਾਡੀ ਵੀ ਤਾਂ ਜੋ ਇੱਕ ਮਾਂ ਨੂੰ ਉਸਦੇ ਪੁੱਤ ਨਾਲ ਅਸੀਂ ਮਿਲਾ ਸਕੀਏ ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ।